ਜਿਹੜੇ ਸਰਕਾਰ ਪੰਜਾਬ ਸਰਕਾਰ ਕਹਿ ਲਓ ਕੇਂਦਰ ਦੀ ਸਰਕਾਰ ਕਹਿ ਲਓ ਉਹ ਬਿਲਕੁਲ ਹੀ ਇਸ ਪਾਸੇ ਨਾ ਧਿਆਨ ਤਾਂ ਕੀ ਦੇਣਾ ਉਹ ਤਾਂ ਇਸ ਗੱਲ ਨੂੰ ਰੰਚਕ ਮਾਤਰ ਵੀ ਮਹਿਸੂਸ ਨਹੀਂ ਕਰ ਰਹੇ। ਵੱਡਾ ਦੁਖਾਂਤ ਵਾਪਰ ਜਾਂਦਾ ਉਹਦੇ ਲਈ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸ਼ਾਂਤ ਨਹੀਂ ਰਹਿ ਸਕਦਾ। ਸਰਕਾਰ ਨੂੰ ਤੁਰੰਤ ਇਸ ਮਸਲੇ ਦਾ ਹੱਲ ਕਰਕੇ ਜੋ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਸੰਘਾਂ 'ਤੇ ਕੀਤਾ ਜਾ ਰਿਹਾ ਅੱਤਿਆਚਾਰ ਤੁਰੰਤ ਬੰਦ ਕੀਤਾ ਜਾਏ ਔਰ ਇਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ ਤਾਂ ਹੀ ਪੰਥ ਦੇ ਅੰਦਰ ਇਹ ਸ਼ਾਂਤੀ ਵਾਲਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਸਕਦਾ। ਅਸੀਂ ਪਹਿਲਾਂ ਬਹੁਤ ਵੱਡਾ ਸੰਘਰਸ਼ ਕਰ ਰਹੇ ਹਾਂ। ਜਿਹੜੇ ਸਿੰਘ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਸਾਰੀ ਕੌਮ ਆਵਾਜ਼ ਉਠਾ ਰਹੀ ਹੈ। ਉਹ ਸਿੰਘਾਂ ਨੂੰ ਵੀ ਅਜੇ ਤੱਕ ਸਰਕਾਰ ਨਹੀਂ ਛੱਡ ਰਹੀ ਅਤੇ ਦੂਸਰੇ ਪਾਸੇ ਇਹਨਾਂ ਸਿੰਘਾਂ ਦੇ ਉੱਤੇ ਵੀ ਅੱਤਿਆਚਾਰ ਦਾ ਦੌਰ ਸ਼ੁਰੂ ਹੈ। ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਹਾਂ ਅਤੇ ਵਿਰਾਸਤੀ ਮਾਰਗ ਸਾਰਾਗੜੀ ਸਰਾਂ ਦੇ ਬਿਲਕੁਲ ਸਾਹਮਣੇ, ਜਿਹੜਾ ਕਿ 2 ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਮੋਰਚਾ ਲੱਗੇ ਹੋਏ ਨੂੰ। ਨੌਜਵਾਨਾਂ ਦੀ ਜੇਲ੍ਹ ਤਬਦੀਲੀ ਦੀ ਗੱਲ ਹੋ ਰਹੀ ਆ ਕਿ ਜਿਹੜੇ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਆ ਉਹਨਾਂ ਦੀਆਂ ਜੇਲ੍ਹ ਤਬਦੀਲੀਆਂ ਕੀਤੀਆਂ ਜਾਣ, ਜਿੱਥੇ ਥੋੜ੍ਹੀ ਦੇਰ ਪਹਿਲਾਂ ਇਸ ਸਟੇਜ ਦੇ ਉੱਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਸੀ, ਦਿੱਲੀ ਕਮੇਟੀ ਦੇ ਨੁਮਾਇੰਦੇ ਪਹੁੰਚੇ ਸੀ, ਇੱਥੇ ਹਰਿਆਣਾ ਕਮੇਟੀ ਦੇ ਨੁਮਾਇੰਦੇ ਪਹੁੰਚੇ ਸੀ ਅਤੇ ਹੁਣ ਇੱਥੇ ਭਾਈ ਹਰਨਾਮ ਸਿੰਘ ਖਾਲਸਾ ਬਾਬਾ ਜੀ ਦਮਦਮੀ ਟਕਸਾਲ ਤੋਂ ਪਹੁੰਚੇ ਆ। ਉਹਨਾਂ ਦਾ ਜਥਾ ਪਹੁੰਚਿਆ ਵਾ, ਜਿਹੜਾ ਕਿ ਕੁਝ ਦਿਨ ਪਹਿਲਾਂ ਉਹਨਾਂ ਬਿਆਨ ਦਿੱਤਾ ਸੀ ਕਿ ਸਾਡੀ ਸ਼ਮੂਲੀਅਤ ਵੀ ਉੱਥੇ ਹੋਊਗੀ ਅਤੇ ਉਹਨਾਂ ਨੇ ਜੇਲ੍ਹ ਤਬਦੀਲੀਆਂ ਦੀ ਵੀ ਗੱਲ ਕੀਤੀ ਕਿ ਨੌਜਵਾਨਾਂ ਜੇਲ੍ਹ ਤਬਦੀਲੀਆਂ ਹੋਣ, ਇੱਥੇ ਇਸ ਟਾਈਮ ਦੇ ਉੱਤੇ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੋਈ ਆ। ਬਾਬਾ ਹਰਨਾਮ ਸਿੰਘ ਖਾਲਸਾ ਜੀ ਸਾਡੇ ਨਾਲ ਜੁੜ ਚੁੱਕੇ ਆ, ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਜੇਲ੍ਹ ਵਿੱਚ ਉਹਨਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਕਰਨ ਵਾਲੀਆਂ ਪਾਬੰਦੀਆਂ ਲਾਈਆਂ ਹੋਈਆਂ ਔਰ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਜਾਬਰਾਨਾ ਤਾਂ ਢੰਗ ਦੇ ਨਾਲ ਉਹਨਾਂ ਨੂੰ ਹਰ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਸਰਕਾਰ ਵੱਲੋਂ ਉਹਨਾਂ ਦੇ ਨਾਲ ਵਧੀਕੀ ਕੀਤੀ ਜਾ ਰਹੀ ਹੈ, ਜੋ ਉਹਨਾਂ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਉਹ ਸੰਦਰਭ ਦੇ ਵਿੱਚ ਉਹਨਾਂ ਸਿੰਘਾਂ ਨੇ ਉੱਥੇ ਭੁੱਖ ਹੜਤਾਲ ਰੱਖੀ ਹੋਈ ਹੈ ਔਰ ਉਹਦੇ ਵਿੱਚ ਕੁਝ ਸਿੰਘਾਂ ਦੀ ਹਾਲਤ ਬੜੀ ਨਾਜ਼ੁਕ ਹੈ, ਸਿੱਖ ਪੰਥ ਲਈ ਬਹੁਤ ਚਿੰਤਾ ਦਾ ਵਿਸ਼ਾ। ਔਰ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਅਤੇ ਜਿਹੜੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਉਹਨਾਂ ਦੇ ਪਰਿਵਾਰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਰਨੇ 'ਤੇ ਭੁੱਖ ਹੜਤਾਲ ਕਰਕੇ ਬੈਠੇ ਹੈ। ਇਹ ਬੜੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਔਰ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ ਇਸ ਜਬਰ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਓ ਤਾਂ ਕਿ ਇਹਨਾਂ ਸਿੰਘਾਂ ਨੂੰ ਸੁਰੱਖਿਅਤ ਰੱਖ ਕੇ ਇਹਨਾਂ ਨੂੰ ਪੰਜਾਬ ਵੀ ਲਿਆਂਦਾ ਜਾ ਸਕੇ ਔਰ ਇਹਨਾਂ ਨੂੰ ਰਿਹਾ ਵੀ ਕਰਾਇਆ ਜਾ ਸਕੇ ਔਰ ਇਹਨਾਂ ਸਿੰਘਾਂ ਦੀ ਜੋ ਭੁੱਖ ਹੜਤਾਲ ਜਾਂ ਇੱਥੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਹੈ ਉਹ ਵੀ ਸਾਰੇ ਪੰਥ ਲਈ ਬਹੁਤ ਚਿੰਤਾਜਨਕ ਮਸਲਾ ਹੈ। ਅਸੀਂ ਪਹਿਲਾਂ ਹੀ ਬਹੁਤ ਵੱਡਾ ਸੰਘਰਸ਼ ਕਰ ਰਹੇ ਹਾਂ। ਜਿਹੜੇ ਸਿੰਘ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਸਾਰੀ ਕੌਮ ਆਵਾਜ਼ ਉਠਾ ਰਹੀ ਹੈ। ਉਹ ਸਿੰਘਾਂ ਨੂੰ ਵੀ ਅਜੇ ਤੱਕ ਸਰਕਾਰ ਨਹੀਂ ਛੱਡ ਰਹੀ ਅਤੇ ਦੂਸਰੇ ਪਾਸੇ ਇਹਨਾਂ ਸਿੰਘਾਂ ਦੇ ਉੱਤੇ ਵੀ ਅੱਤਿਆਚਾਰ ਦਾ ਦੌਰ ਸ਼ੁਰੂ ਹੈ। ਇਸ ਲਈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਸੰਘਾਂ 'ਤੇ ਕੀਤਾ ਜਾ ਰਿਹਾ ਅੱਤਿਆਚਾਰ ਤੁਰੰਤ ਬੰਦ ਕੀਤਾ ਜਾਏ ਔਰ ਇਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ ਤਾਂ ਹੀ ਪੰਥ ਦੇ ਅੰਦਰ ਇਹ ਸ਼ਾਂਤੀ ਵਾਲਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਸਕਦਾ। ਮਾਤਾਵਾਂ ਜਿਹੜੀਆਂ ਬੈਠੀਆਂ ਵਾ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ। ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਨੂੰ ਆਈ ਸੀ, ਮੈਂ ਹੁਣੇ ਰੌਂਕੇ ਜੀ ਦੇ ਮਾਤਾ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੂੰ ਕਈ ਦਿਨ ਤੋਂ ਪ੍ਰੋਬਲਮ ਵੀ ਆਈ ਸੀ। ਕੀ ਲੱਗਦਾ ਔਲੇ ਸਮੇਂ ਦੇ ਵਿੱਚ ਸਰਕਾਰ ਦਾ ਬਿਲਕੁਲ ਧਿਆਨ ਨਾ ਦੇਣਾ ਇਹ ਚੀਜ਼? ਨਹੀਂ, ਸਰਕਾਰ ਪੰਜਾਬ ਸਰਕਾਰ ਕਹਿ ਲਓ ਕੇਂਦਰ ਦੀ ਸਰਕਾਰ ਕਹਿ ਲਓ ਉਹ ਬਿਲਕੁਲ ਹੀ ਇਸ ਪਾਸੇ ਨਾ ਧਿਆਨ ਤਾਂ ਕੀ ਦੇਣਾ ਉਹ ਤਾਂ ਇਸ ਗੱਲ ਨੂੰ ਰੰਚਕ ਮਾਤਰ ਵੀ ਮਹਿਸੂਸ ਨਹੀਂ ਕਰ ਰਹੇ। ਔਰ ਜੇ ਕੋਈ ਵੱਡਾ ਦੁਖਾਂਤ ਵਾਪਰ ਜਾਂਦਾ
पंजाब का जिहड़ा माहौल है वह शांत नहीं रह सकता। सरकार नूं तुरंत इस मसले का हल करके जो सिंह जेलां दे विच बैठे आ उहनां नूं तुरंत बिना शर्त रिहा करना चाहीदा। और मैं समुचे सिख पंथ नूं भी जथेबंदियां नूं अपील करदा कि सारे इस जबर जुल्म दे खिलाफ़ आपां आवाज़ उठाइए। सारा पंजाब ही सारी दुनिया भर विच बैठे सिख इस गल की आवाज़ बनन तां कि इह संघर्ष छेती सफल होवे। परिवार नूं मिले हो, परिवार ने की गलबात की है? कहिंदे केवल असीं तां बच्चे दे जेल तब्दीलियां मंग रहे हैं, अजे तां हरियाणा दी गल नहीं करदे, बार बार उह कह रहे। नहीं, मैं गल भी की है और हालात भी चिंताजनक है मातावां दे, खास करके और मातावां दी जिहड़ी भुख हड़ताल है वह बड़ी दुखजनक है, क्योंकि मावां दा भुख हड़ताल ते जाना साडे लई बड़ी दुखदायक गल है। इसलिए उन्होंने जो मैनू दस्या वह कहिंदे सरकार कोई अप्रोच ही नहीं कर रही है, सरकार ढीठ बन के बैठी है, बेपरवाह हुई बैठी है। पर सरकार नूं मैं गल कहनी चाहुंदा कि जेकर कोई ऐसी घटना वापरदी है उहदी जिम्मेवार सरकार होएगी, सारा कुछ सरकार दे जिम्मे आएगा, सरकार तुरंत इस मसले का हल करे। बाबा हरनाम सिंह जी साढ़े नाल सी दमदमे टकसाल तो, कहिंदे कि जे कोई इत्थे प्रॉब्लम आ जाती है जां कितें नौजवानां नूं गलबात हुंदी आ उहदे वास्ते सरकार जिम्मेवार होगी। खास करके उन्होंने गल की आ कि साडी शमूलीयत ते असीं परिवारां दे नाल आ, परिवार नाल वी गलबात की आ ते खास मतावां दा जिक्र किया उन्होंने। कहिंदे कि मतावां दी हालात जिवें चिंताजनक बनी हुई आ ते इहदे वास्ते जे कोई गलबात हो जाती है ते इहदे वास्ते सरकार जिम्मेवार होगी।